पंजाब दे विच कणक दी फसल दा कट झाड़ होण दे चलदे जिथे किसान परेशान ने तां उत्थे ही हुण पशुआं नूं पौण वाली तूड़ी दा संकट भी किसानां दे सिर ते नजर आ रिहा। इस दे चलदे किसान परेशान दिखाई दे रहे ने। किसानां दा कहना है कि पिछले साल 200 तों 250 रुपए प्रति क्विंटल तूड़ी दा रेट सी, जो कि इस बार हुण 650 रुपए क्विंटल तों पार हो चुका है। हालांकि यह कीमतां हुण ने जदों तूड़ी दा सीजन है ते सर्दियां दे नजदीक आउंदे ही तूड़ी दी कीमत 1200 रुपए तों पार हो जाएगी, जिस दे चलदे काफी किसान परेशान ने। उत्थे जदों बठिंडा दे नाल लगदे पिंड करमगढ़ दे किसानां दे नाल गलबात कीती गई तां उहनां दा कहना सी कि पहलां तां कणक दी घट पैदावार होई है ते जिस दा असर हुण उहनां दे पशुआं नूं पौण वाली तूड़ी ते भी नजर आ रिहा। कणक दी फसल कमजोर होण करके तूड़ी बनाउण वाली नाड़ काफी कमजोर है, जिस दे कारण तूड़ी घट निकल रही है ते उपर तो महंगे रेट ते डीजल बाल के ओह मशीन तो तूड़ी बना रहे ने, जिस दे कारण किसानां नूं दोरी मार पै रही है। ये तूड़ी ये लांगे दा करके यार कि कणका दे झाड़ 10-15 मन घटे जी किले मगर, तो उसे करके लांगे नरम रह गए। जिथे अगे दो बांदियां सी उथे ट्राली भी इक बन रही है जी, ओहदा करके मंगाई ते इक थोड़ा डीजल दा खर्चा ही वध गया यार की ਇੱਕ ਲੇਬਰ ਸਾਰੀ ਰਿਪੇਅਰ ਸਾਰਾ ਕੁਝ ਬਹੁਤ ਕੁਝ ਵੱਧ ਗਿਆ। ਜ਼ਿਮੀਂਦਾਰ ਤੇ ਬੋਝ ਕਿੰਨਾ ਪੈ ਗਿਆ ਸੀ ਇਹਦਾ? ਇਹ ਸਾਰਾ ਜ਼ਿਮੀਂਦਾਰ ਤੇ ਬੋਝ ਆ ਜੀ ਇਹ, ਕਿਉਂ ਤੂੜੀ ਘੱਟ ਬਣੀ ਉਹਨੂੰ ਮੁੱਲ ਲੈਣੀ ਪੈ ਰਹੀ ਹੈ, ਕੁਝ ਕਣਕ ਦਾ 10-15 ਮਣ ਝਾੜ ਘਟ ਗਈ, ਉਹ ਵੀ ਸਾਰੀ ਜ਼ਿਮੀਂਦਾਰ ਤੇ ਪੈ ਰਹੀ। ਹਾਂਜੀ ਹਾਂਜੀ, ਜਿਹੜਾ ਮੁੱਲ ਰਹਿ ਰਿਹਾ ਉਹਨੂੰ ਤਾਂ 4,000-5,000 ਨੂੰ ਟਰਾਲੀ ਪੈ ਰਹੀ ਹੈ, ਉਹਦੇ ਪੱਲੇ ਤਾਂ ਵਿਚਾਰੇ ਨੂੰ ਤਾਂ ਉਸ ਕਰਕੇ ਪਸ਼ੂ ਵੇਚ ਰਿਹਾ ਜ਼ਿਮੀਂਦਾਰ, ਮਾੜਾ ਜ਼ਿਮੀਂਦਾਰ ਤਾਂ ਪਸ਼ੂ ਵੀ ਵੇਚੀ ਜਾਂਦਾ ਜੀ। ਹਾਂਜੀ, ਰਾਜਸਥਾਨ 'ਚ ਐਤਕੀ ਸਰੋਂ ਜ਼ਿਆਦਾ ਕਰਕੇ, ਰਾਜਸਥਾਨ ਦਾ ਕਰਕੇ ਵੀ ਥੋੜੀ ਤੇਜ਼ੀ ਆਈ ਹੈ ਜੀ ਤੂੜੀ 'ਚ, ਕਿਉਂਕਿ ਉੱਧਰ ਐਤਕੀ ਸਰੋਂ ਆ ਤੇ ਉੱਧਰ ਕਣਕਾਂ ਹੈ ਨਹੀਂ ਘੱਟ ਆ, ਤੇ ਉੱਧਰ ਤੂੜੀ ਜ਼ਿਆਦਾ ਜਾ ਰਹੀ ਹੈ, ਉਸ ਕਰਕੇ ਵੀ ਥੋੜੀ ਮਹਿੰਗੀ ਹੋ ਗਈ ਤੂੜੀ ਦੇ ਹਾਲਾਤ ਜੀ। ਐਤਕੀ ਤੂੜੀ ਬਹੁਤ ਮਹਿੰਗੀ ਹੋ ਗਈ, ਜ਼ਿਮੀਂਦਾਰ ਨੂੰ ਇਸ ਦਾ ਬਹੁਤ ਨੁਕਸਾਨ ਹੋ ਰਿਹਾ, ਕਿਉਂਕਿ ਪਿਛਲੇ ਸਾਲ ਨੂੰ 10-15 ਮਣ ਕਿੱਲੇ ਦੀ ਕਣਕ ਘਟ ਗਈ ਜੀ। ਕਣਕ ਘਟਣ ਕਾਰਨ ਪਹਿਲਾਂ ਜ਼ਿਮੀਂਦਾਰ ਦਾ ਆਰਥਿਕ ਨੁਕਸਾਨ ਹੋਇਆ, ਫਿਰ ਹੁਣ ਤੂੜੀ ਪਿੱਛੇ ਵੀ ਨੁਕਸਾਨ ਹੋ ਰਿਹਾ। ਜਿਹੜੇ ਵਾਹਣ ਤੋਂ ਕਿੱਲੇ 'ਚੋਂ 3 ਟਰਾਲੀਆਂ ਬਣਦੀਆਂ ਸੀ, ਉਹ ਇਸ ਵਾਰ ਟਰਾਲੀ 2 ਟਰਾਲੀ ਬਣ ਰਹੀ ਹੈ। ਪਹਿਲਾਂ ਕੀ ਰੇਟ ਸੀ, ਹੁਣ ਕੀ ਹੋ ਗਿਆ ਇਸ ਵਾਰ? ਪਿਛਲੇ ਸਾਲ ਜੀ ਤੂੜੀ ਦਾ ਰੇਟ 250 ਰੁਪਏ ਕੁਇੰਟਲ ਸੀਗਾ, ਐਤਕੀ 600 ਰੁਪਏ ਕੁਇੰਟਲ ਹੋ। ਜਾਣਕਾਰੀ ਦੱਸੀ ਕਿ ਜਿੱਥੇ ਕਿ ਪੰਜਾਬ ਵਿੱਚ ਕਣਕ ਦਾ ਘੱਟ ਝਾੜ ਹੋਣ ਦੇ ਚਲਦੇ ਕਿਸਾਨ ਪਰੇਸ਼ਾਨ ਨੇ, ਤਾਂ ਉੱਥੇ ਹੀ ਹੁਣ ਤੂੜੀ ਦੀਆਂ ਕੀਮਤਾਂ ਨੇ ਕਿਸਾਨਾਂ ਦੇ ਲਈ ਹੋਰ ਪਰੇਸ਼ਾਨੀ ਖੜੀ ਕਰ ਦਿੱਤੀ ਹੈ, ਜਿਸ ਦੇ ਚਲਦੇ ਜ਼ਿੰਮੇਦਾਰ ਆਪਣੇ ਡੰਗਰ ਵੇਚਣ ਨੂੰ ਵੀ ਮਜਬੂਰ ਹੋ ਰਹੇ ਨੇ। ਜਗਬਾਣੀ ਟੀਵੀ ਦੇ ਲਈ ਬਠਿੰਡਾ ਤੋਂ ਵੀ ਕੇ ਪਹਿਲ ਦੀ ਰਿਪੋਰਟ।